यार गिर के थोड़ी माल बेचना है, होर बथेरे गाहक आने ने। वीरे आ फड़ो अपनी पर्ची, मेरे तो नहीं होंगी कलैक्शन कोई। हेलो, हाँ जी वीरे। हाँ जी भाजी, की हाल है? भाजी शॉप ते आयो 10 मिनट ली। अपनी उम्र देखते उन्हां दी देख, पहला काम सीख लेना सी फिर पेमेंट लैन आना सीगा। वीरे देखिया सुरिंदर वीरे इत्थे नहीं हैगा, तां वी तुहाडी किन्नी हैल्प करदे पए ने। जे अज वीरा ना टाइम सिर पहुंचदा फिर तुहाडा हाल की होना सी पता? ਤੁਸੀਂ ਸਨੀ ਵੀਰੇ ਨੂੰ ਕਿੱਦਾਂ ਬੋਲਦੇ ਹੁੰਦੇ ਸੀਗੇ ਕਿ ਬੈਠਾ ਸਾਰਾ ਦਿਨ ਫੋਨ ਚਲਾਉਂਦਾ ਰਹਿੰਦਾ? ਸਨੀ ਵੀਰੇ ਫੋਨ ਨਹੀਂ ਚਲਾਉਂਦਾ ਸੀ, ਕੰਮ ਹੀ ਕਰਦੇ ਹੁੰਦੇ ਸੀ। ਤੁਸੀਂ ਨਾ ਜ਼ਿਆਦੀਆਂ ਫੁਕਰੀਆਂ ਮਾਰ ਗਏ ਹੋ ਇਸ ਵਾਰੀ। ਨਾਲੇ ਵੀਰੇ ਸਾਰਾ ਸਮਾਨ ਖਤਮ ਆ, ਤੁਹਾਨੂੰ ਕੋਈ ਟੈਨਸ਼ਨ ਹੈਗੀ ਵੀ ਆ? ਕਸਟਮਰ ਨਹੀਂ ਆ ਰਹੇ ਹੁਣ, ਜੇ ਆਉਂਦੇ ਆ ਤਾਂ ਸਮਾਨ ਵੀ ਨਹੀਂ ਹੈਗਾ ਆਪਣੇ ਕੋਲ। ਵੀਰੇ ਤੁਹਾਨੂੰ ਕੁਛ ਯਾਦ ਆ, ਇਸ ਦਿਨਾਂ 'ਚ ਨਾ ਪਿਛਲੇ ਸਾਲ ਆਪਾਂ ਇਸ ਟਾਈਮ ਦਰਬਾਰ ਸਾਹਿਬ ਸੀਗੇ ਸਾਰੇ ਜਾਣੇ, ਕਿੰਨੇ ਖੁਸ਼ ਸੀਗੇ ਆਪਾਂ, ਕਿਉਂਕਿ ਰੱਖੜੀਆਂ ਦਾ ਸੀਜ਼ਨ ਬਹੁਤ ਵਧੀਆ ਗਿਆ ਸੀ ਪਿਛਲੇ ਸਾਲ ਆਪਣਾ। ਦੇਖੋ ਬਈ ਇਸ ਵਾਰੀ ਨਾ ਸੀਜ਼ਨ ਬਹੁਤ ਵਧੀਆ ਗਿਆ, ਠੀਕ ਹੈ? ਤੁਸੀਂ ਸਾਰਿਆਂ ਨੇ ਦਿਲ ਲਾ ਕੇ ਕੰਮ ਕੀਤਾ, ਬਹੁਤ ਵਧੀਆ ਕੀਤਾ, ਠੀਕ ਹੈ? ਔਰ 2-3 ਦਿਨ ਬਾਅਦ ਆਪਾਂ ਫਿਰ ਦਰਬਾਰ ਸਾਹਿਬ ਜਾਣਾ। ਠੀਕ ਹੈ ਸੱਚੀ ਵੀਰੇ? ਸਾਰਿਆਂ ਨੇ ਜਾਣਾ, ਠੀਕ ਹੈ? ਹਾਂਜੀ ਹਾਂਜੀ ਵੀਰੇ, ਠੀਕ ਹੈ। ਮੱਥਾ ਟੇਕ ਕੇ ਆਵਾਂਗੇ, ਨਾਲੇ ਸ਼ੁਕਰਾਨਾ ਕਰਕੇ ਆਵਾਂਗੇ। ਹਾਂਜੀ ਵੀਰੇ, ਕੰਮ ਤਾਂ ਅਸੀਂ ਦਿਲ ਲਾ ਕੇ ਕਰ ਰਹੇ ਆ, ਕੰਮ ਕਰਨ 'ਚ ਮਜ਼ਾ ਵੀ ਬਹੁਤ ਆ ਰਿਹਾ। ਹੋਰ ਦਿਲ ਲਾ ਕੇ ਹੋਰ ਕੰਮ ਕਰਾਂਗੇ, ਵਧੀਆ ਕੰਮ ਕਰਾਂਗੇ। ਸ਼ਾਬਾਸ਼, ਮੈਨੂੰ ਇਹੀ ਉਮੀਦ ਆ ਤੁਹਾਡੇ ਤੋਂ, ਕਿਉਂਕਿ ਆਪਾਂ ਇੱਕ ਪਰਿਵਾਰ ਆ, ਠੀਕ ਹੈ? ਆਪਾਂ ਕਦੇ ਨਹੀਂ ਟੁੱਟ ਸਕਦੇ। ਹਾਂਜੀ ਠੀਕ ਹੈ, ਚਲੋ ਸ਼ਾਬਾਸ਼ ਕਰ ਲਓ, ਆਪਾਂ ਸੰਡੇ ਨੂੰ ਜਾਣਾ ਹੈ। ਠੀਕ ਹੈ, ਘਰੇ ਕਹਿ ਦਿਓ ਆਪਣੇ। ਠੀਕ ਹੈ, ਚਲੋ ਬਾਬੇ ਦੇਖ ਲਾ ਆਪਣੇ ਭੈਣ ਭਰਾ ਕਿੰਨੇ ਖੁਸ਼ ਨੇ ਨਾ। ਉਹੀ ਤਾਂ ਮੈਂ ਸੋਚ ਰਿਹਾ ਵੀ ਹੋ ਕੀ ਰਿਹਾ ਆਪਣੇ ਨਾਲ। ਵੀਰੇ ਏਦਾਂ ਦਾ ਸਾਰਾ ਸਮਾਨ ਖਤਮ ਹੋ ਜਾਊਗਾ, ਕਿਵੇਂ ਮੰਗਾਓਗੇ ਤੁਸੀਂ ਸਮਾਨ, ਨਾ ਪੈਸੇ ਆਪਣੇ ਕੋ। ਸਾਡਾ ਤਾਂ ਵੀ ਸਰ ਜਾਣਾ, ਅਸੀਂ ਤਾਂ ਕਿਸੇ ਕਿਤੇ ਹੋਰ ਜਾ ਕੇ ਵੀ ਕੰਮ ਕਰ ਸਕਦੇ ਆ, ਤੁਸੀਂ ਆਪਣਾ ਸੋਚੋ। ਵੀਰੇ ਮੈਨੂੰ ਲੱਗ ਰਿਹਾ ਆਪਾਂ ਨਾ ਬਹੁਤ ਵੱਡੀ ਗਲਤੀ ਕਰ ਲਈ ਆ। ਹਜੇ ਵੀ ਟਾਈਮ ਹੈਗਾ, ਸੁਰਿੰਦਰ ਵੀਰੇ ਨੂੰ ਬੁਲਾ ਲਓ ਦੁਕਾਨ ਤੇ। ਤੁਸੀਂ ਵੀਰੇ ਨੂੰ ਬੁਲਾ ਲਓ ਵੀਰੇ, ਪਲੀਜ਼। ਵੀਰੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ, ਪਰ ਮੈਨੂੰ ਸਮਝ ਨਹੀਂ ਲੱਗ ਰਹੀ ਨਾ ਮੈਂ ਕਿਹੜੇ ਮੂੰਹ ਨਾਲ ਗੱਲ ਕਰਾਂ। ਵੀਰੇ ਵਿਗਾੜਿਆ ਵੀ ਮੈਂ ਹੀ ਆ ਨਾ, ਤੇ ਮੈਂ ਹੀ ਠੀਕ ਕਰੂੰਗਾ, ਤੁਸੀਂ ਫਿਕਰ ਨਾ ਕਰੋ। ਸ਼ੈਂਪੂ ਵੀ ਮੰਗਾਉਣ ਵਾਲੇ, ਕਿੱਟੀ ਦਾ ਵੀ ਸਮਾਨ ਮੰਗਾਉਣ ਵਾਲਾ, ਸੌਕਸ ਵੀਰੇ ਯਾਰ। ਵੀਰੇ ਕੀ ਹੋਇਆ? ਕੁਛ ਨਹੀਂ ਯਾਰ, ਪੇਮੈਂਟਾਂ ਦਾ ਹਿਸਾਬ ਤਾਂ ਵੀ ਬਹੁਤ ਲੰਬਾ, ਸਮਝ ਹੀ ਨਹੀਂ ਆ ਰਿਹਾ। ਵੀਰੇ ਮੈਨੂੰ ਦੱਸੋ ਲਿਆਓ। ਉਹ ਨਹੀਂ, ਤੇਰਾ ਕੰਮ ਨਹੀਂ ਹੈਗਾ। ਵੀਰੇ ਤੁਸੀਂ ਮੈਨੂੰ ਕੁਛ ਵੀ ਨਹੀਂ ਦੱਸਦੇ ਦੁਕਾਨ ਬਾਰੇ, ਤੈਨੂੰ ਸਾਰਾ ਦਾ ਪਤਾ, ਹੁਣ ਸਾਰੀਆਂ ਟੈਨਸ਼ਨਾਂ ਥੋੜ੍ਹੀ ਤੈਨੂੰ ਦੇਣੀਆਂ, ਤੂੰ ਮੇਰਾ ਛੋਟਾ ਭਰਾ ਵਾਂ। ਅਤੇ ਵੀਰੇ ਸ਼ਾਇਦ ਆਪਣੀ ਟੈਨਸ਼ਨ ਘੱਟ ਹੀ ਜਾਵੇ, ਮੈਨੂੰ ਵੀ ਦੱਸਿਆ ਕਰੋ ਕੁਛ। ਨਹੀਂ ਨਹੀਂ, ਮੈਂ ਨਹੀਂ ਚਾਹੁੰਦਾ ਜਿਹੜਾ ਬੋਝ ਮੇਰੇ 'ਤੇ ਪਿਆ ਮੈਂ ਤੇਰੇ 'ਤੇ ਪਾਵਾਂ। ਨਹੀਂ ਵੀਰੇ ਇੱਦਾਂ ਦੀ ਗੱਲ ਥੋੜ੍ਹੀ ਹੈ ਕੋਈ ਯਾਰ। ਨਹੀਂ ਨਹੀਂ, ਤੂੰ ਮੇਰਾ ਛੋਟਾ ਭਾਈ ਹੈ ਯਾਰ, ਟੈਨਸ਼ਨ ਨਹੀਂ ਲੈਣੀ। ਕੋਈ ਨਹੀਂ, ਮੈਂ ਹੈਗਾ ਨਾ, ਮੈਂ ਆਪੇ ਸਾਂਭ ਰਿਹਾ ਨਾ ਸਾਰਾ ਕੁਛ, ਇੰਨੀ ਕੁ ਟੈਨਸ਼ਨ ਤਾਂ ਹੁੰਦੀ ਹੋਈ ਆ। ਬਸ ਤੂੰ ਨਾਲ ਆ ਨਾ, ਮੈਨੂੰ ਉਦੋਂ ਹੀ ਬਹੁਤ ਸੌਖਾ।
ने तो कदे मेरे तो कोई टेंशन आ ही नहीं दिती, सारिया परेशानियां आप ही सामते सी यार, इतों तक कि मालक वाली कुर्सी पर भी आप नहीं बैठे कदे, मैनू बिठाते सी। वीरे नूं फोन करा या ना करा? चलो कोई नहीं, मैं देख लेनी है। ਐ ਕਰੋ, ਹਾਂਜੀ, ਆ ਲਿਸਟ ਮੈਨੂੰ ਦੇ ਦਿਓ ਤੇ ਨਾਲੇ ਨਾ ਤੁਸੀਂ ਆਪਣਾ ਨੰਬਰ ਦੇ ਦਿਓ। ਹਾਂਜੀ, ਮੈਂ ਸ਼ਾਮ ਨੂੰ ਸਮਾਨ ਮੰਗਾ ਕੇ ਤੁਹਾਡੇ ਘਰੇ ਪਹੁੰਚਾ ਦੂੰਗਾ। ਅੱਲੋ ਵੀਰੇ, ਨੰਬਰ ਮੇਰਾ। ਕੋਈ ਗੱਲ ਨਹੀਂ, ਸ਼ਾਮ ਨੂੰ ਤੁਹਾਡੇ ਘਰੇ ਸਮਾਨ ਪਹੁੰਚ ਜਾਊਗਾ। ਵੀਰੇ ਜਲਦੀ ਪਹੁੰਚਾ ਦਿਓ ਤੇ ਪੈਸੇ ਵੀਰੇ ਫਿਰ। ਪੈਸੇ ਕੋਈ ਨਹੀਂ, ਮੁੰਡਾ ਘਰੋਂ ਹੀ ਫੜ ਲੂਗਾ ਤੁਹਾਡੇ ਤੋਂ। ਠੀਕ ਆ ਵੀਰੇ। ਵੀਰੇ ਫਿਰ ਉਹਨਾਂ ਨੂੰ ਝੂਠ ਬੋਲਤਾ ਤੁਸੀਂ, ਕਿੱਥੋਂ ਆਪਾਂ ਆਰਡਰ ਪੂਰਾ ਕਰਾਂਗੇ, ਫੇਕ ਕਮਿਟਮੈਂਟ ਕਰਦੇ ਹੋ ਤੁਸੀਂ, ਸ਼ਾਮ ਨੂੰ ਆ ਕੇ ਦੇਖਿਓ ਫਿਰ ਬੋਲ ਕੇ ਜਾਣਗੇ ਆਪਾਂ ਨੂੰ। ਉਹ ਯਾਰ ਸਵੇਰੇ ਸਵੇਰੇ ਸ਼ੁਭ ਬੋਲਿਆ ਕਰ, ਨਾਲੇ ਮੈਂ ਵੀਰੇ ਤੋਂ ਚੀਜ਼ ਸਿੱਖੀ ਸੀ ਕਿ ਗਾਹਕ ਨੂੰ ਖਾਲੀ ਨਹੀਂ ਮੋੜੀਦਾ। ਵੀਰੇ ਤੋਂ ਸਿੱਖਿਆ ਸੀ? ਹਾਂਜੀ, ਫੇਸ਼ੀਅਲ ਕਿੱਟ ਹੋ ਗਈ ਅਤੇ ਹੋਰ ਕੀ ਹੈ, ਸ਼ੈਂਪੂ ਵੀ ਹੈ ਜੀ ਤੁਹਾਡਾ? ਹਾਂਜੀ ਹਾਂਜੀ। ਅਤੇ ਇਸ ਤੋਂ ਇਲਾਵਾ ਵੈਕਸ ਹੀਟਰ ਜੀ? ਹਾਂਜੀ। ਠੀਕ ਹੈ, ਹੋਰ ਜੀ? ਕਾਲੀ ਤਾਂ ਨਹੀਂ ਸਮਾਨ ਦੇਣੀ? ਉਹ ਐਕਚੁਅਲੀ ਇੱਕ ਦੋ ਚੀਜ਼ਾਂ ਨਾ ਮਿਸਿੰਗ ਨੇ। ਅੱਛਾ, ਤੇ ਮਾਰਕੀਟ ਤੋਂ ਆ ਹੀ ਰਹੀਆਂ ਨੇ। ਅੱਛਾ ਜੀ, ਤੁਸੀਂ ਇੱਦਾਂ ਕਰੋ ਜਾਂ ਤਾਂ ਘੰਟੇ ਡੇਢ ਘੰਟੇ ਤੱਕ ਲੈ ਦਿਓ। ਕੋਈ ਨਹੀਂ, ਮੈਂ ਪੈਕ ਕਰਵਾ ਕੇ ਰੱਖ ਦਿਆਂ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਤੁਸੀਂ ਆ ਕੇ ਯਾਰ ਨਾਲ ਲੈ ਜਿਓ। ਠੀਕ ਹੈ ਜੀ, ਥੈਂਕ ਯੂ ਜੀ। ਵੀਰੇ ਤੁਸੀਂ ਉਹਨਾਂ ਨੂੰ ਝੂਠ ਕਿਉਂ ਬੋਲਿਆ? ਆਪਣਾ ਕਿਹੜਾ ਸਮਾਨ ਆ ਰਿਹਾ ਇਹਦੇ 'ਚੋਂ? ਸਮਾਨ ਤਾਂ ਨਹੀਂ ਆ ਰਿਹਾ, ਪਰ ਜਿਹੜਾ ਬਾਕੀ ਸਮਾਨ ਹੈਗਾ ਨਾ ਪਹਿਲਾਂ ਉਹ ਕੱਢ, ਅਤੇ ਜਿਹੜਾ ਸਮਾਨ ਨਹੀਂ ਹੈਗਾ ਨਾ ਅਤੇ ਲੈ ਕੇ ਆ ਮਾਰਕੀਟ ਤੋਂ। ਵੀਰੇ ਅੱਜ ਸੋਮਵਾਰ ਆ, ਮਾਰਕੀਟ ਬੰਦ ਆ। ਕੋਈ ਉਹ ਤਾਂ ਮੈਨੂੰ ਵੀ ਪਤਾ, ਪਰ ਜਿਹੜੀਆਂ ਲੋਕਲ ਦੁਕਾਨਾਂ ਉਹ ਤਾਂ ਖੁੱਲ੍ਹੀਆਂ ਨੇ। ਅਤੇ ਵੀਰੇ ਉਹਨਾਂ ਨੂੰ ਆਏ ਰੇਟ ਹੀ ਦੇਵਾਂਗੇ, ਉਹਨਾਂ ਨੇ ਵੀ ਤਾਂ ਕਮਾਉਣਾ ਵਾ। ਉਹ ਯਾਰ ਜਿਹੜੀਆਂ ਚੀਜ਼ਾਂ ਹੈਗੀਆਂ ਉਹ 'ਚ ਤਾਂ ਕਮਾ ਹੀ ਰਹੇ ਆ ਨਾ, ਅਤੇ ਦੋ ਚਾਰ ਚੀਜ਼ਾਂ 'ਚ ਨਹੀਂ ਵੀ ਕਮਾਵਾਂਗੇ ਆਪਾਂ, ਸਮਾਨ ਤਾਂ ਪੂਰਾ ਕਰਕੇ ਦੇਈਏ, ਕਸਟਮਰ ਥੋੜ੍ਹੀ ਮੋੜਨਾ ਵਾ। ਤੈਨੂੰ ਪਤਾ ਇੱਕ ਵਾਰੀ ਕਸਟਮਰ ਮੁੜ ਗਿਆ ਨਾ, ਜੇ ਕਿਤੇ ਹੋਰ ਕੋਲ ਚਲਾ ਗਿਆ ਫਿਰ ਅਗਲੀ ਵਾਰ ਉੱਥੇ ਹੀ ਜਾਊਗਾ। ਰੈਗੂਲਰ ਕਸਟਮਰ ਆ, ਖਰਾਬ ਕਾਹਨੂੰ ਕਰਨਾ, ਕਸਟਮਰ ਮੋੜੀ ਦਾ ਨਹੀਂ ਹੁੰਦਾ ਭਾਈ। ਫਿਰ ਆਪਾਂ ਮਤਲਬ ਝੂਠ ਨਹੀਂ ਬੋਲ ਰਹੇ ਇੱਦਾਂ ਦਾ? ਕਿਸੇ ਦੀ ਭਲਾਈ ਲਈ ਬੋਲਿਆ ਗਿਆ ਝੂਠ ਨਾ, ਝੂਠ ਨਹੀਂ ਹੁੰਦਾ। ਨਾਲੇ ਇੰਨਾ ਕੁ ਦੁਕਾਨਦਾਰੀ 'ਚ ਚੱਲਦਾ, ਆਪਾਂ ਕਿਹੜਾ ਕਿਸੇ ਦਾ ਮਾੜਾ ਕੀਤਾ, ਸਗੋਂ ਆਪਾਂ ਤਾਂ ਸਮਾਨ ਪੂਰਾ ਕਰਕੇ ਦੇ ਰਹੇ ਹਾਂ ਨਾ। ਹਾਂਜੀ, ਜਿਹੜਾ ਸਮਾਨ ਹੈਗਾ ਪਹਿਲਾਂ ਉਹ ਕੱਢ, ਠੀਕ ਹੈ,
ਤੇ ਬਾਕੀ ਦਾ ਸਮਾਨ ਲੈ ਕੇ ਆ। ਠੀਕ ਆ ਵੀਰੇ। ਕਸਟਮਰ ਨਹੀਂ ਮੋੜੀਦਾ ਹੁੰਦਾ ਕਦੇ ਵੀ। ਤਿੰਨ ਆਈਟਮ ਹੈਗੀਆਂ ਨੇ ਨਾ ਉਹ ਕੱਢ, ਬਾਕੀ ਬਾਜ਼ਾਰੋਂ ਲੈ ਕੇ ਆ ਹੁਣੀ। ਆਹ ਫੜ ਪਰਚੀ ਵੀਰੇ। ਪਰ ਇੱਦਾਂ ਆਪਾਂ ਕਿੰਨਾ ਕੁ ਟਾਈਮ ਸਾਰਾਂਗੇ? 4 ਦਿਨ ਹੋ ਗਏ ਸਮਾਨ ਮੁੱਕੇ ਨੂੰ। ਪੁਰਾਣੇ ਵਾਲੇ ਕਹਿੰਦੇ ਆ ਪਹਿਲਾਂ ਪੇਮੈਂਟ ਕਰੋ ਫਿਰ ਦੇਵਾਂਗੇ, ਤੇ ਨਵੇਂ ਵਾਲੇ ਵੀ ਇਹੀ ਕਹਿੰਦੇ ਆ ਵੀ ਤੁਹਾਡੇ ਨਾਲ ਡੀਲ ਨਹੀਂ ਕਰਨੀ ਅਸੀਂ। ਓਏ ਉਹ ਤਾਂ ਮੈਨੂੰ ਪਤਾ ਵਾ, ਹੁਣ ਜਿਹੜੀਆਂ ਆਈਟਮਾਂ ਪਈਆਂ ਉਹ ਵੀ ਤਾਂ ਵੇਚਣੀਆਂ। 3 ਆਈਟਮਾਂ ਤਾਂ ਵਿਕ ਰਹੀਆਂ ਨਾ। ਆਹ ਫੜ ਪੈਸੇ, ਬਾਕੀ ਆਈਟਮਾਂ ਲੈ ਕੇ ਆ ਬਾਜ਼ਾਰੋਂ। ਆਹ ਥੋੜ੍ਹੇ ਪੈਸੇ ਹੈਗੇ ਮੇਰੇ ਕੋਲ, ਜਾ ਲੈ ਕੇ ਆ। ਆਹ ਫੜ ਵੀਰੇ। ਫਿਰ ਰੇਟ ਟੂ ਰੇਟ ਆਪਾਂ ਕੀ ਕਰਾਂਗੇ? ਉਹ ਯਾਰ ਤੈਨੂੰ ਜਿਹੜਾ ਕੰਮ ਕਿਹਾ ਨਾ ਉਹ ਕਰ ਪੂਰਾ, ਜ਼ਿਆਦਾ ਸਵਾਲ ਜਵਾਬ ਨਾ ਕਰ ਮੈਨੂੰ। ਠੀਕ ਹੈ ਵੀਰੇ। ਵੀਰੇ ਆ ਗਿਆ ਸਮਾਨ, ਅਤੇ ਆਹ ਫੋਟੋ ਸਮਾਨ ਪਹਿਲਾਂ, ਅਤੇ ਆਹ ਸਲਿੱਪਾਂ ਅਤੇ ਆਹ ਪੈਸੇ ਜਿਹੜੇ ਬਾਕੀ ਬਚੇ ਉਹ ਨੇ। ਉਹਨਾਂ ਨੂੰ ਮੈਂ ਦੱਸਤਾ ਸੀਗਾ ਮੈਂ ਹੈਪੀ ਸਟੋਰ ਤੋਂ ਆਇਆ, ਤਾਂ ਉਹਨਾਂ ਨੇ ਥੋੜ੍ਹੇ ਪੈਸੇ ਛੱਡਤੇ ਸੀ ਆਪਾਂ। ਚੱਲ ਵਧੀਆ ਹੋਇਆ। ਹਾਂਜੀ, ਹੁਣ ਤੂੰ ਐਂ ਕਰ, ਬਾਕੀ ਜਿਹੜੀਆਂ ਆਈਟਮਾਂ ਆਪਣੇ ਕੋਲ ਹੈਗੀਆਂ ਨੇ ਨਾ, ਹਾਂਜੀ, ਉਹ ਪਾ ਕੇ ਸਮਾਨ ਪੂਰਾ ਕਰ ਦੇ। ਠੀਕ ਹੈ। ਅਤੇ ਸ਼ਾਮ ਨੂੰ ਘਰ ਜਾਂਦੇ ਹੋਏ ਦੇ ਕੇ ਜਾਈ। ਹਾਂਜੀ, ਮੈਂ ਦੇ ਦੂੰਗਾ। ਠੀਕ ਆ। ਠੀਕ ਹੈ, ਚੱਲ ਰੱਖ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਸਨੀ, ਕਿਵੇਂ ਆ? ਠੀਕ ਆ ਵੀਰੇ। ਹੁਣ ਜ਼ਿਆਦਾ ਹੀ ਬਿਮਾਰ ਹੋ ਗਿਆ ਸੀ। ਹਾਂਜੀ ਭਾਅ ਜੀ, ਕਾਫੀ ਦਿਨ ਬਿਮਾਰ ਰਿਹਾ ਨਾ, ਵੀਕਨੈਸ ਆ ਗਈ ਸੀ, ਹੈਲਥ ਖਰਾਬ ਹੋ ਗਈ ਸੀ ਕਾਫੀ। ਹੁਣ ਠੀਕ ਹੈ? ਹਾਂਜੀ ਹਾਂਜੀ, ਤਾਂ ਹੀ ਮੈਂ ਆ ਗਿਆ। ਹੁਣ ਕਲੈਕਸ਼ਨ 'ਤੇ ਚੱਲ ਜਾਇਆ ਕਰੇਗਾ? ਕਲੈਕਸ਼ਨ 'ਤੇ ਚੱਲ ਜਾਇਆ ਕਰਾਂਗੇ ਭਾਅ ਜੀ। ਚੱਲ ਕੋਈ ਨਹੀਂ, ਬਹਿ ਜਾ ਥੋੜ੍ਹੀ ਦੇਰ, ਦੱਸਦਾ ਤੈਨੂੰ। ਠੀਕ ਹੈ। ਕਿੱਦਾਂ ਸਨੀ, ਕੀ ਹਾਲ ਆ? ਬਹੁਤ ਵਧੀਆ। ਠੀਕ ਆ ਹੁਣ? ਹਾਂ ਠੀਕ ਆ ਹੁਣ। ਮੈਂ ਬੜਾ ਹੀ ਕੰਮ ਵਧਾ ਲਿਆ ਸੀਗਾ। ਹੋਰ ਯਾਰ, ਇੱਕੋ ਦਮ ਪਤਾ ਨਹੀਂ ਲੱਗਿਆ ਕਿੱਦਾਂ ਹੋ ਗਿਆ ਬਿਮਾਰ। ਸਨੀ ਮੈਂ ਤੇਰੇ ਨਾਲ ਯਾਰ ਗੱਲ ਕਰਨੀ ਇੱਕ। ਹਾਂਜੀ ਹਾਂਜੀ। ਮੈਨੂੰ ਮਾਫ਼ ਕਰ ਦੇ ਯਾਰ। ਕੀ ਹੋ ਗਿਆ ਤੈਨੂੰ? ਹੋਇਆ ਤਾਂ ਕੁਛ ਨਹੀਂ, ਪਰ ਮੈਨੂੰ ਯਾਰ ਹੁਣ ਲੱਗ ਰਿਹਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਯਾਰ। ਤੈਨੂੰ ਬੋਲਦਾ ਹੁੰਦਾ ਸੀਗਾ, ਜੇ ਤੂੰ ਆ ਕੇ ਬਹਿੰਦਾ ਸੀ ਤੈਨੂੰ ਮੈਂ ਟੀਚਰ ਕਰਦਾ ਹੁੰਦਾ ਸੀ ਵੀ ਬੈਠਾ ਕਿਉਂ ਆ, ਫੋਨ ਚਲਾਉਂਦਾ ਪਿਆ। ਮਾਫ਼ ਕਰ ਦੇ ਵੀਰੇ। ਤੂੰ ਠੀਕ ਆ? ਹਾਂ ਮੈਂ ਬਿਲਕੁਲ ਠੀਕ ਹਾਂ, ਪਰ ਮੈਨੂੰ ਹੁਣ ਪਤਾ ਲੱਗ ਗਿਆ ਕਿ ਰੱਬ ਨੇ ਨਾ ਜਿਹਨੂੰ ਜਿਹੜਾ ਕੰਮ ਦਿੱਤਾ ਬਿਲਕੁਲ ਸਹੀ ਦਿੱਤਾ ਹੋਇਆ। ਮੈਂ ਆਪਣੇ ਆਹ ਸਾਫ਼ ਸਫਾਈ 'ਤੇ ਠੀਕ ਹਾਂ, ਬਾਹਰਲੀ ਕਲੈਕਸ਼ਨ ਯਾਰ ਤੂੰ ਹੀ ਕਰ ਸਕਦਾ, ਉਹ ਮੇਰੇ ਵੱਸ ਦਾ ਨਹੀਂ ਹੈਗਾ। ਉਹ ਤਾਂ ਕੋਈ ਗੱਲ ਨਹੀਂ ਯਾਰ, ਪਰ ਤੂੰ ਕਹਿ ਕਿਉਂ ਰਿਹਾ ਇੱਦਾਂ? ਨਹੀਂ ਕੋਈ ਨਹੀਂ, ਮੈਂ ਕੰਮ ਕਰਦਾ, ਤੂੰ ਬਹਿ ਜਾ ਥੋੜ੍ਹੀ ਦੇਰ ਰੈਸਟ ਕਰ ਲਾ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਮੈਂ ਠੀਕ ਹਾਂ, ਪਰ ਮੇਰੀ ਗੱਲ ਸੁਣ, ਆ ਸਮਾਨ ਇੱਥੋਂ ਹੈ ਨਹੀਂ, ਲੱਗੇ ਨਹੀਂ ਹੋਇਆ, ਕੀ ਹੋਇਆ? ਵੀਰੇ ਪੁੱਛੋ ਨਾ, ਬਹੁਤ ਬੁਰਾ ਹਾਲ ਹੋਇਆ ਪਿਆ ਦੁਕਾਨ ਦਾ ਤਾਂ। ਕੀ ਗੱਲ ਹੋ ਗਈ? ਵੀਰੇ ਜਿੰਨਾ ਤੋਂ ਆਪਾਂ ਸਮਾਨ ਲੈਂਦੇ ਸੀਗੇ ਨਾ, ਉਹਨਾਂ ਨੇ ਹੁਣ ਸਮਾਨ ਦੇਣਾ ਬੰਦ ਕਰਤਾ। ਕਿਉਂ? ਕਿਉਂਕਿ ਵੀਰੇ ਹੁਣੇ ਉਹਨਾਂ ਨੇ ਪੇਮੈਂਟ ਨਹੀਂ ਦਿੰਦੇ ਸੀਗੇ। ਇਹ ਤਾਂ ਬਹੁਤ ਮੁਸ਼ਕਿਲ ਹੋ ਗਈ ਫਿਰ ਤਾਂ। ਹੋਰ ਕੀ ਵੀਰੇ, ਤੁਹਾਨੂੰ ਪਤਾ ਗਾਹਕ ਵੀ ਹੁਣ ਤਾਂ ਮੁੜ ਕੇ ਜਾਂਦੇ ਆ, ਸਮਾਨ ਹੈ ਹੀ ਨਹੀਂ, ਦਿਨੋਂ ਦਿਨ ਤਾਂ ਸਮਾਨ ਘਟੀ ਜਾਂਦਾ ਪਿਆ ਵਾ ਯਾਰ। ਅੱਛਾ ਉਹ ਤਾਂ ਠੀਕ ਆ, ਲਾਡੀ ਨੂੰ ਕੀ ਹੋ ਗਿਆ? ਕੀ ਹੋਇਆ? ਮੈਨੂੰ ਕੋਈ ਕਹਿੰਦਾ ਜਿਹੜਾ ਕੰਮ ਤੁਸੀਂ ਕਰਦੇ ਸੀ ਵੀਰੇ ਉਹ ਤੁਸੀਂ ਉਹ ਕਰਨਾ ਵਾ, ਮੈਂ ਦੁਕਾਨ 'ਤੇ ਰਿਹਾ ਕਰੂੰਗਾ, ਮੈਂ ਉਹਦਾ ਕੰਮ ਦੇਖੂੰਗਾ। ਉਹਦੇ ਨਾਲ ਤਾਂ ਵੀਰੇ ਬਹੁਤ ਹੀ ਮਾੜੀ ਹੋਈ ਆ, ਲਾਡੀ ਵੀਰੇ ਨਾਲ ਤਾਂ। ਕੀ ਹੋ ਗਿਆ? ਕੱਲ੍ਹ ਤਾਂ ਲਾਡੀ ਵੀਰ ਨੂੰ ਉਹਨਾਂ ਨੇ ਟਾਈ ਲੈਣਾ ਸੀਗਾ। ਕਿਹਨਾਂ ਨੇ? ਕੱਲ੍ਹ ਵੀਰੇ ਪੈਸੇ ਲੈਣ ਗਿਆ ਸੀਗਾ। ਕਿੱਥੇ? ਬਚ ਗਿਆ, ਜੇ ਸੁਰਿੰਦਰ ਵੀਰ ਨਾ ਹੁੰਦਾ ਨਾ ਫਿਰ ਤਾਂ ਵੀਰਾ ਫੜਿਆ ਜਾਣਾ ਸੀ। ਅੱਛਾ ਤਾਂ ਹੀ ਇਹਨਾਂ ਠੰਡਾ ਹੋਇਆ ਫਿਰਦਾ ਲਾਡੀ। ਹੋਰ ਕੀ, ਉੱਤੋਂ ਵੀਰੇ ਕੱਲ੍ਹ ਵੀਰੇ ਨੂੰ ਪਤਾ ਕੀ ਕਹਿੰਦਾ ਕਿ ਮੈਨੂੰ 12,000 ਨਹੀਂ, ਮੈਨੂੰ ਤਾਂ 8,000 ਹੀ ਠੀਕ ਆ ਹੁਣ। ਹੁਣ ਇਹਨੂੰ ਪਤਾ ਲੱਗਦਾ ਨਾ ਸਿਮਰਨ ਕੰਮ ਕਿੱਦਾਂ ਹੁੰਦੇ ਆ ਬਾਹਰਲੇ।
सही क्या वीरे, बहुत हवा चाया होया सी वीरा, बहुत फुकरियां मारदा पिया सी। मेरे ते इन्हें इन्ने इल्जाम लाए भी फोन चलाउंदा वा सनी, बाहर नजायज दो दो घंटे ला के आंदा वा। बाहर वाले काम करने इन्ने सौखे नहीं है सिमरन, हुण इहनूं पता लगदा ना बाहरले काम किदां हुंदे आ, इन्नियां मिहनतां करने पैंदे आ, प्यार नाल पैसे मंगणे पैंदे सारिआं कोलों। कई बार तां सिमरन अपने पैसे भी ना हाथ जोड़ के मंगणे पैंदे लोकां कोलों तां कितें मिलदे जाके। सही क्या वीरे, बहुत औखा काम आ। हर किसी नूं सामने वाले दा काम सौखा लगदा ते अपना औखा लगदा वा, हुण उहनूं पता लग्गिआ ना आटे दाल दा भाव की आ। सही क्या वीरे, तां ही अकल आ गई उहनूं। अच्छा सिमरन वो तो ठीक है, आपां इहदा ही करिए हुण। वीरे इही तां देख देख के टेंशन बहुत ज़्यादा हो रही आ। चल मैं वीरे नाल गल करदा एक बारी, ठीक है। वीरे मैनूं दस्सिआ सिमरन ने सारा कुछ, हुणी तुसीं इदां करो मैनूं लिस्ट दो ते जिथे इत्थे कलैक्शन करनी है मैं जाना होनी पैसे लैके आना वा। लिस्ट की करेगा, 47,000 तो दे गया सी, बाकी मैं ऑनलाइन मंगा ले सी, पेमेंटां तो सारियां आ गईआं ने। जिहड़े फिर समान यार पैसे पता ही नहीं लग्या, खर्चे इन्हें ने घर के खर्चे, इन्हां दी सैलरी भाई इदा कम थोड़ी चलूगा हुण अपना। यार उही तां मैं सोचदा पिआ, मैनूं समझ नहीं लगदी करां की हुण मैं। चल तू ना ज़्यादा सोच, कोई नहीं मैं आपे करना हल। हेलो, हाँ जी आ गए तुसी, ठीक है। लाडी बाहर ना समान फड़ के लेके आई, नाले बिल देन के भी लई। अपना ही है? हाँ अपना ही है। वीरे समान आ गया अपना, एक दो ऑर्डर किया तुसी। समान आ गया? हाँ जी, मैं तो कोई ऑर्डर भी नहीं किया। यार वीरे आ देखो अपनी दुकान दे नाम दा बिल है, हैप्पी स्टोर। ਉਹਨਾਂ ਪੇਡ ਲਿਖਿਆ ਆ, ਆਪਾਂ ਤਾਂ ਸਮਾਨ ਮੰਗਾਇਆ ਵੀ ਨਹੀਂ, ਪੈਸੇ ਵੀ ਦੇਖੋ ਪੇਡ ਵੀ ਲਿਖਿਆ। ਵੀਰੇ ਕਿਉਂ ਮਜ਼ਾਕ ਕਰੀ ਜਾਂਦੇ ਹੋ ਯਾਰ, ਮੈਂ ਸਮਾਨ ਲਗਾਉਣਾ, ਕੰਮ ਦਾ ਟਾਈਮ ਆ, ਨਾਲੇ ਹੁਣ ਕੋਈ ਆਪਾਂ ਕਸਟਮਰ ਵੀ ਨਹੀਂ ਮੁੜਨ ਦੇਣਾ। ਤੇ ਸਮਾਨ ਤੈਨੂੰ ਕਿਹਾ ਕਿੰਨੇ ਸੀ ਲਿਆਉਣ ਨੂੰ? ਸਨੀ ਨੇ ਕਿਹਾ ਸੀਗਾ, ਬਾਹਰ ਸਮਾਨ ਆਇਆ ਆਪਣਾ। ਸਨੀ? ਹਾਂਜੀ ਵੀਰੇ। ਇਹ ਕਿੱਥੋਂ ਆਇਆ ਸਮਾਨ? ਕੁਛ ਨਹੀਂ ਭਾਅ ਜੀ, ਉਹ ਤਾਂ ਖਾਲੀ ਪਏ ਸੀ ਨਾ ਰੈਕ, ਮੈਨੂੰ ਵਧੀਆ ਨਹੀਂ ਲੱਗ ਰਿਹਾ ਸੀਗਾ ਅਤੇ ਆਪਣੇ ਕੋਲ ਸਮਾਨ ਵੀ ਘੱਟਦਾ ਸੀ ਕਾਫੀ, ਫਿਰ ਮੈਂ ਔਡਰ ਕਰਤਾ ਸੀਗਾ। ਅਤੇ ਪੇਡ ਪੈਸੇ ਵੀ ਦੇ ਦਿੱਤੇ ਤੂੰ? ਵੀਰੇ ਇਹਦੇ 'ਤੇ ਪੇਡ ਜ਼ਰੂਰ ਲਿਖਿਆ ਹੋਇਆ ਵਾ, ਪਰ ਆਪਾਂ ਇਹਦੇ ਪੈਸੇ ਦੇਣੇ ਆ ਉਹਨਾਂ ਨੂੰ ਤਾਂ ਸਮਾਨ ਆਇਆ ਇਹ। ਕੋਈ ਗੱਲ ਨਹੀਂ, ਤੁਸੀਂ ਸਮਾਨ ਵਿੱਚ ਮੁੱਕ ਦੀ ਗੱਲ, ਆਪਾਂ ਕਸਟਮਰ ਨਹੀਂ ਵੀਰੇ ਮੁੜਨ ਦੇਣਾ ਹੈਗਾ, ਠੀਕ ਹੈ। ਪਰ ਇਹ ਪਾਰਟੀ ਤਾਂ ਆਪਾਂ ਨੂੰ ਮਾਲ ਦੇ ਨਹੀਂ ਰਹੀ ਸੀ ਪਹਿਲੇ। ਤਾਂ ਹੀ ਵੀਰੇ ਆਪਾਂ ਨੂੰ 10 ਦਿਨ ਦਾ ਟਾਈਮ ਮਿਲਿਆ ਹੋਇਆ ਉਹਨਾਂ ਕੋਲੋਂ, ਹੁਣ ਆਪਾਂ ਸਮਾਨ ਵੇਚਣਾ ਵਾ ਅਤੇ ਪੇਮੈਂਟਾਂ ਕਲੀਅਰ ਕਰ ਦੇਣੀਆਂ ਨੇ, ਉਹਨਾਂ ਦੇ ਪੈਸੇ ਦੇ ਦੇਣੇ ਆ। ਪਰ ਇਹ ਤਾਂ ਦੱਸ ਵੀ ਪੈਸੇ ਆਏ ਕਿੱਥੋਂ? ਵੀਰੇ ਉਹ ਮੈਂ ਹਾਲੇ ਨਹੀਂ ਦੱਸ ਸਕਦਾ ਹੈਗਾ, ਸਹੀ ਟਾਈਮ ਆ ਤਾਂ ਮੈਂ ਦੱਸੂੰਗਾ।